ਫੁਗਵਾੜਾ ਪੁਲਿਸ ਦੀ ਅਣਗਹਿਲੀ ਇੱਕ ਵਾਰ ਫਿਰ ਉਦੋਂ ਸਾਹਮਣੇ ਆਈ ਜਦੋਂ ਅਦਾਲਤ ਵਿੱਚ ਪੇਸ਼ੀ 'ਤੇ ਲਿਆਂਦਾ ਇੱਕ ਨੌਜਵਾਨ ਥਾਣਾ ਸਤਰਾਮਪੁਰਾ ਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਪਰੰਤੂ ਥੋੜ੍ਹੀ ਦੇਰ ਬਾਅਦ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਸਤਰਾਮਪੁਰਾ ਦੀ ਪੁਲਿਸ ਨੇ ਨਸ਼ੀਲੇ ਟੀਕੇ ਸਮੇਤ ਇੱਕ ਨੌਜਵਾਨ ਸਾਹਿਲ ਪਰਵੇਜ਼ ਵਾਸੀ ਸਤਰਾਮਪੁਰਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਉਕਤ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਗਈ ਸੀ, ਜਿੱਥੋਂ ਕਿ ਉਕਤ ਨੌਜਵਾਨ ਹੱਥਕੜੀ ਖੋਲ੍ਹ ਕੇ ਫਰਾਰ ਹੋ ਗਿਆ। ਉਕਤ ਨੌਜਵਾਨ ਜਦੋਂ ਫਰਾਰ ਹੋਇਆ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਕੁਝ ਸਮਾਂ ਬਾਅਦ ਹੀ ਪੁਲਿਸ ਨੇ ਉਸ ਨੂੰ ਦੁਬਾਰਾ ਕਾਬੂ ਕਰ ਲਿਆ। ਇਸ ਸੰਬੰਧੀ ਜਦੋਂ ਨੌਜਵਾਨ ਨੂੰ ਪੇਸ਼ੀ 'ਤੇ ਲੈ ਕੇ ਆਏ ਥਾਣਾ ਸਤਰਾਮਪੁਰਾ ਦੇ ASI ਤੋਂ ਪੁੱਛਿਆ ਗਿਆ ਤਾਂ ਉਸ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਕੀ ਮਾਮਲਾ ਸੀ ਜਿਹੜਾ ਬੰਦਾ ਹੈ ਤੁਹਾਡਾ ਜਿਹੜਾ ਕੈਪਟਨ ਸੀ ਉਹ ਭੱਜਿਆ ਹੈ? ਭੱਜਿਆ ਨਹੀਂ ਸਰ। ਹਾਂ, ਇਹ ਕਹਿੰਦਾ ਮੈਂ ਬਾਥਰੂਮ ਜਾਣਾ ਸੀ, ਉਹਦੇ ਨੂੰ ਭੁੱਖ ਲੱਗੀ ਹੋਈ ਸੀ ਤੇ ਕਹਿੰਦਾ ਕਿ ਮਤਲਬ ਮੈਂ ਪਿਸ਼ਾਬ ਕਰਨ ਜਾਣਾ ਸੀ। ਸਰ, ਕੰਧ ਟੱਪ ਕੇ ਗਿਆ ਜੀ ਇਹ? ਤੁਸੀਂ ਝਾੜੀਆਂ ਦੇ ਵਿੱਚੋਂ ਫੜ ਕੇ ਲੈਂਦੇ ਬਾਥਰੂਮ ਗਿਆ ਜਾਂ ਕਿੱਦਾਂ, ਕਿਸ ਤਰ੍ਹਾਂ, ਕੀ ਕਹਿਣਾ ਤੁਹਾਡਾ? ਰੁਕ ਜਾਓ ASI ਸਾਹਿਬ, ਸਰ ਦੱਸਿਓ ਜੀ, ਕੰਧ ਟੱਪ ਕੇ ਗਿਆ ਜੀ, ਉਧਰ ਕੰਧ ਟੱਪ ਕੇ ਇਹਨੇ ਬਾਥਰੂਮ ਕਰਨ ਜਾਣਾ ਸੀਗਾ ਜੀ। ਇਹਨੂੰ ਭੁੱਖ ਲੱਗੀ ਸੀ, ਕਹਿੰਦਾ ਇਹਨੂੰ ਭੁੱਖ ਲੱਗੀ ਹੈ, ਰੋਟੀ ਖਾਣੀ ਹੈ। ਨਹੀਂ, ਪਹਿਲਾਂ ਤਾਂ ਇਹ ਬਾਥਰੂਮ ਦਾ ਗਿਆ। ਭੁੱਖ ਮੰਨ ਲੈਂਦੇ ਆ, ਪਰ ਭੁੱਖ ਦਾ ਜਿਹੜਾ ਇਲਾਜ ਹੈ ਉਹ ਹੋਟਲ ਹੈ ਜਾਂ ਢਾਬਾ ਹੈ? ਢਾਬਾ ਹੈ ਜਾਂ ਕੰਟੀਨ ਹੈਗੀ ਆ ਸਰ ਕਚਹਿਰੀ, ਪਰ ਕੰਧ ਟੱਪ ਕੇ ਦੇ ਵਿੱਚ ਰੋਟੀ ਮਿਲੂਗੀ। ਲੇਕਿਨ ਆ ਜਿਹੜਾ ਕੰਧ ਟੱਪ ਕੇ ਜਾ ਕੇ ਕਿੱਡੀ ਜਗ੍ਹਾ ਤੋਂ ਜਾ ਕੇ ਦੋ ਪੁਲਸਾਂ ਲੈ ਕੇ ਆਏ ਸੀ ਜੀ? CIS ਸਟਾਫ ਸਰ, ਪੂਰਾ ਪੁਲਿਸ ਕੀ ਕਹਿਣਾ ਤੁਹਾਡਾ?